ਹੁਸ਼ਿਆਰਪੁਰ ਵਿਖੇ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਵਿਜੇ ਸਾਂਪਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਤੇ ਪਲਟਵਾਰ ਕੀਤਾ ਹੈ। ਸਾਂਪਲਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਜਿਸ ਤਰ੍ਹਾਂ ਭਾਜਪਾ ਪਾਰਟੀ ਦੇ ਪ੍ਰੋਗਰਾਮਾਂ ਵਿੱਚ ਭਾਜਪਾ ਨੇਤਾਵਾਂ ਦੇ ਵਰਕਰਾਂ ਉੱਪਰ ਹਮਲੇ ਹੋ ਰਹੇ ਨੇ, ਉਹ ਸਭ ਪੰਜਾਬ ਸਰਕਾਰ ਦੀ ਹੀ ਦੇਣ ਹੈ, ਕਿਉਂਕਿ ਇੱਕ ਨਿੱਜੀ ਚੈਨਲ ਵੱਲੋਂ ਕੀਤੇ ਸਟਿੰਗ ਆਪਰੇਸ਼ਨ ਵਿੱਚ ਖੰਨਾ ਦੇ ਵਿਧਾਇਕ ਗੁਰਕੀਰਤ ਕੋਟਲੀ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਢਿੱਲੋਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਸਾਰਾ ਖੇਡ ਪੰਜਾਬ ਵਿੱਚ ਬੈਠੀ ਕਾਂਗਰਸ ਦੀ ਸਰਕਾਰ ਅਤੇ ਉਹਨਾਂ ਦੇ ਵਿਧਾਇਕ ਕਰ ਰਹੇ ਨੇ। ਦੇਸ਼ ਦੇ ਪੂਰਵ ਪ੍ਰਧਾਨ ਮੰਤਰੀ ਜੀ ਦੀ 25 ਦਸੰਬਰ ਨੂੰ ਜਿਹੜੀ ਆ ਜਯੰਤੀ ਸੀ, ਔਰ ਅਸੀਂ ਸਾਰੇ ਇਹ ਜਾਣਦੇ ਹਾਂ ਕਿ ਵੀ ਉਹਨਾਂ ਦੇ ਜੀਵਨ ਨੂੰ ਸੁਸ਼ਾਸਨ ਦਿਵਸ ਦੇ ਰੂਪ 'ਚ ਵੀ ਮਨਾਇਆ ਜਾਂਦਾ ਹੈ, ਔਰ ਐਸੇ ਮਹਾਨ ਪੁਰਸ਼ ਜਿਨ੍ਹਾਂ ਨੇ ਬਹੁਤ ਸਾਰੇ ਸੰਗਠਨਾਂ ਨੂੰ ਮਿਲਾ ਕੇ ਕੰਮ ਕੀਤਾ ਸੀ, ਜਿਹਨੂੰ ਇਕੱਲਾ ਸਾਡਾ ਦੇਸ਼ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬੜੇ ਸਨਮਾਨ ਨਾਲ ਦੇਖਿਆ ਜਾ ਰਿਹਾ। ਔਰ ਪਰਸੋਂ ਜਦੋਂ 25 ਦਸੰਬਰ ਨੂੰ ਉਹਨਾਂ ਦੇ ਕਾਰਜਕ੍ਰਮ ਕੀਤੇ ਜਾ ਰਹੇ ਸੀ ਤਾਂ ਬਹੁਤ ਸਾਰੇ ਲੋਕਾਂ ਨੇ ਉੱਥੇ ਦੰਗਾ ਜਿਹੜਾ ਭੜਕਾਉਣ ਦੀ ਕੋਸ਼ਿਸ਼ ਵੀ ਕੀਤੀ, ਦੰਗੇ ਕੀਤੇ, ਉਹਦੇ 'ਚ ਦੰਗਾਈਆਂ ਦੇ ਵਿੱਚ ਸ਼ਾਮਿਲ ਹੋਏ, ਔਰ ਜਿਹਦੀ ਨਿਖੇਧੀ ਜਿਹੜੀ ਕਿਸਾਨ ਯੂਨੀਅਨ ਨੇ ਵੀ ਕੀਤੀ, ਔਰ ਉਹਨਾਂ ਨੇ ਕਿਹਾ ਕਿ ਸਾਡਾ ਕੋਈ ਵੀ ਕਿਸਾਨ ਯੂਨੀਅਨ ਦਾ ਵਿਅਕਤੀ ਐਸਾ ਨਹੀਂ ਕਰਦਾ। ਔਰ ਅਸੀਂ ਵੀ ਇਹ ਵਾਰ ਵਾਰ ਕਹਿੰਦੇ ਆ ਰਹੇ ਹਾਂ ਕਿ ਕਿਸਾਨਾਂ ਦੀ ਆੜ ਦੇ ਵਿੱਚ ਅੱਜ ਉਹ ਗੱਲ ਜਿਹੜੀ ਅਸੀਂ ਪਿਛਲੇ 2 ਮਹੀਨੇ ਤੋਂ ਕਹਿੰਦੇ ਆ ਰਹੇ, ਅੱਜ ਉਹ ਕਿਸਾਨ ਯੂਨੀਅਨ ਨੇ ਵੀ ਮੰਨਿਆ ਕਿ ਸਾਡਾ ਨਾਂ ਲੈ ਕੇ ਆਏ, ਅਸੀਂ ਨਹੀਂ ਆਏ, ਭਾਵ ਦੰਗੇ ਹੋਏ। ਔਰ ਇਹਨਾਂ ਦੰਗਿਆਂ ਦੇ ਵਿੱਚ ਜਿਹੜੇ ਆ ਜਿੱਥੇ ਉਹਨਾਂ ਦੇ ਤੋੜ ਭੰਨ ਕੀਤੀ, ਦੰਗਾ ਸ਼ਬਦ ਇਹਦੇ ਲਈ ਉਚਿਤ ਨਹੀਂ ਕਿਉਂਕਿ ਦੰਗਾ ਹੁੰਦਾ ਦੋਨਾਂ ਤਰਫਾਂ ਤੋਂ, ਇਹ ਇੱਕ ਤਰਫ ਤੋਂ ਕੀਤੇ ਅਤੇ ਗੁੰਡਾਗਰਦੀ ਕੀਤੀ ਗਈ, ਔਰ ਗੁੰਡਾਗਰਦੀ ਵੀ ਜਿਹੜੀ ਆ ਉਹ ਪੰਜਾਬ ਪੁਲਿਸ ਦੀ ਹਾਜ਼ਰੀ 'ਚ ਹੋਈ। ਪੁਲਿਸ ਚਾਹੁੰਦੀ ਤਾਂ ਉਹਨਾਂ ਨੂੰ ਰੋਕ ਸਕਦੀ ਸੀ, ਪਰ ਕਿਉਂਕਿ ਸਰਕਾਰ ਹੀ ਇਹ ਦੰਗੇ ਕਰਾ ਰਹੀ ਆ, ਗੁੰਡਾਗਰਦੀ ਕਰ ਰਹੀ ਹੈ, ਕਿਉਂਕਿ ਉਹਨਾਂ ਦੇ MLA ਜਿਹੜੇ ਤੁਹਾਡੇ ਗੁਰਕੀਰਤ ਸਿੰਘ ਜੀ ਕੋਟਲੀ ਜਿਹੜੇ ਖੰਨੇ ਤੋਂ MLA ਨੇ ਸ਼ਾਇਦ, ਔਰ ਦੂਸਰੇ ਜਿਹੜੇ ਉਹਨਾਂ ਦੇ ਬਰਜਿੰਦਰ ਢਿੱਲੋਂ, ਦੋ ਵਿਅਕਤੀਆਂ ਦਾ ਜਿਹੜਾ ਸਟ੍ਰਿੰਗ ਆਪਰੇਸ਼ਨ TV 'ਤੇ ਵੀ ਚੱਲਿਆ, ਉਹਦੇ 'ਚ ਦੱਸਦਾ ਆ ਕਿ ਵੀ ਕਿਸਾਨ ਦੀ ਆੜ ਦੇ ਵਿੱਚ ਕਿਸ ਤਰੀਕੇ ਨਾਲ ਦੰਗੇ ਹੋ ਰਹੇ, ਜਿਹੜੀ ਅਸੀਂ ਵਾਰ ਵਾਰ ਕਹਿ ਰਹੇ ਸੀ ਕਿਸ ਪਾਸੇ ਨੂੰ ਇਸ ਦੇਸ਼ ਨੂੰ ਲੈ ਕੇ ਜਾਣਾ ਚਾਹੁੰਦੇ ਹੋ, ਔਰ ਲੋਕਾਂ 'ਚ ਡਰ ਦਾ ਮਾਹੌਲ ਪੈਦਾ ਕਰਕੇ ਜਿਹੜੀ ਜਿਹੜਾ ਕਾਂਗਰਸ ਕਰਨਾ ਚਾਹੁੰਦੀ ਹੈ, ਇਹਦੀ ਅਸੀਂ ਨਿੰਦਾ ਹੀ ਨਹੀਂ ਕਰਦੇ। ਔਰ ਦੇਸ਼ ਵਾਸੀਆਂ ਦੇ ਮੋਹਰੇ, ਪ੍ਰਦੇਸ਼ ਦੇ ਸੂਬੇ ਦੇ ਸਾਰੇ ਲੋਕਾਂ ਅੱਗੇ ਅਸੀਂ ਇਹ ਉਹਨਾਂ ਦਾ ਚਿਹਰਾ ਨੰਗਾ ਵੀ ਕਰਨਾ ਚਾਹੁੰਦੇ ਹਾਂ। ਇਹ ਪਹਿਲੀ ਐਸੀ ਘਟੀਆ ਸਰਕਾਰ ਹੈ ਜਿਹਦੇ MLA MP ਔਰ ਇਸ ਤਰ੍ਹਾਂ ਦੇ ਬਿਆਨ ਦਿੰਦੇ ਆ, ਔਰ ਉਹ ਕਹਿ ਰਹੇ ਕਿ ਸਾਡੇ ਸਾਰੇ MLAs ਨੂੰ ਇਹ ਹੁਕਮ ਹੋਇਆ ਕੈਪਟਨ ਵੱਲੋਂ ਕਿ ਤੁਸੀਂ ਵੱਧ ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਉਹ 'ਚ ਸ਼ਾਮਿਲ ਹੋਣਾ, ਭਾਵ ਕਿਸਾਨਾਂ ਦੀ ਆੜ ਦੇ ਵਿੱਚ ਇਸ ਅੰਦੋਲਨ ਨੂੰ ਕਿਸੇ ਹੋਰ ਰੁੱਖ 'ਚ ਅਪਣਾਇਆ ਜਾ ਰਿਹਾ। ਔਰ ਇਸ ਕਰਕੇ ਮੈਂ ਵਾਰ ਵਾਰ ਅਪੀਲ ਕਰਦਾ ਕਿਸਾਨ ਭਰਾਵਾਂ ਨੂੰ ਕਿ ਤੁਹਾਡੇ ਮੋਢੇ ਦੇ ਉੱਤੇ ਰੱਖ ਕੇ ਬਹੁਤ ਸਾਰੇ ਗਲਤ ਅੰਸਰ ਵੀ ਤੁਹਾਡੇ ਉਹਦੇ 'ਚ ਸ਼ਾਮਿਲ ਹੋ ਚੁੱਕੇ ਆ, ਜਿਹੜੇ ਦੇਸ਼ ਨੂੰ ਤੋੜਨ ਦੀ ਵੀ ਗੱਲ ਕਰਦੇ ਆ, ਔਰ ਉਹਦੇ 'ਚ ਸਭ ਤੋਂ ਵੱਡੀ ਭੂਮਿਕਾ ਕਾਂਗਰਸ ਦੀ ਵੀ ਹੈ, ਅਕਾਲੀ ਦਲ ਦੀ ਵੀ ਹੈ, ਆਮ ਆਦਮੀ ਪਾਰਟੀ ਦੀ ਵੀ ਹੈ, ਔਰ ਦੰਗਾ ਕਰਨ ਦੇ ਵਿੱਚ ਕਮਿਊਨਿਸਟ ਵੀ ਕਾਂਗਰਸ ਦੇ ਨਾਲ ਬਰਾਬਰ 'ਤੇ ਖੜ੍ਹੇ ਨੇ। ਇਸ ਕਰਕੇ ਅਸੀਂ ਉਹਨਾਂ ਦੀ ਨਿੰਦਾ ਕਰਦੇ ਹਾਂ, ਔਰ ਅਸੀਂ ਇਹ ਵਾਰਨਿੰਗ ਵੀ ਕਰਨਾ ਚਾਹੁੰਦੇ ਹਾਂ ਕਿ ਅਸੀਂ ਬਹੁਤ ਦੇਰ ਸਾਡੀ ਇਸ ਸ਼ਰਾਫਤ ਨੂੰ ਅਸੀਂ ਚੁੱਪ ਕਰਕੇ ਵੀ ਦੇਖ ਲਿਆ। ਕਿਸਾਨ ਵੀਰਾਂ ਦੇ ਨਾਲ ਅਸੀਂ ਪੂਰੀ ਤਰ੍ਹਾਂ ਖੜ੍ਹੇ ਹਾਂ, ਕਿਸਾਨ ਵੀਰ ਸਾਡੇ ਅੰਨਦਾਤਾ ਨੇ, ਉਹਨਾਂ ਦੇ ਉੱਤੇ ਉਹਨਾਂ ਦਾ ਹਰੇਕ ਨੂੰ ਅੰਦੋਲਨ ਕਰਨ ਦਾ ਅਧਿਕਾਰ ਹੈ, ਆਪਣੀ ਗੱਲ ਕਰਨ ਦਾ ਅਧਿਕਾਰ ਹੈ, ਲੋਕਤੰਤਰ ਦੀਆਂ ਮਰਿਆਦਾ ਵਿੱਚ ਰਹਿ ਕੇ ਕਰਨ ਦਾ ਤਿਆਰ ਹੈ, ਪਰ ਬਹੁਤ ਸਾਰਾ ਜਿਹੜਾ ਉਹ ਸ਼ਰਾਫਤ 'ਚ ਅਸੀਂ ਨਿਕਾਲਿਆ। ਜੇ ਹੁਣ ਕਿਤੇ ਗੁੰਡਾਗਰਦੀ ਆਈ ਤਾਂ ਅਸੀਂ ਉਹਦਾ ਵਿਰੋਧ ਵੀ ਕਰਦੇ।